ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਦੋਂ ਲੁਧਿਆਣਾ SDF ਨੇ ਦਬੋਚੀ 2.5 ਕਰੋੜ ਦੀ ਹੈਰੋਇਨ ਅਤੇ 42,000 ਰੁਪਏ ਦੀ ਰਕਮਣੀ ਸਹਿਤ ਨਸ਼ਾ ਤਸਕਰ। ਮਾਮਲਾ ਇਸ ਸਾਲ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਫਤਿਹਪੁਰ ਮੋੜ ਨੰਬਰ 53 ਕਰਾਂ ਉੱਥੇ ਦੀ ਜੀ ਅਤੇ ਸਾਨੂੰ ਮੁਹੂਰੀ ਮਿਲੀ ਕਿ ਜਿਹੜਾ ਅਰਜੀਤ ਕੁਮਾਰ ਅਤੇ ਜੋਤੀ ਵਾਲਾ ਇਹ ਤਲਵੰਡੀ ਦੇ ਰਹਿਣ ਵਾਲੇ ਨੇ, ਇਹ ਰਲ ਕੇ ਕਾਫੀ ਸਮੇਂ ਤੋਂ ਜਿਹੜੀ ਹੈਰੋਇਨ ਦੀ ਨਕਲੀ ਦਾ ਕਿੱਦਾਂ ਕਰਦੇ ਆ ਅਤੇ ਰੇਡ ਕਰਕੇ ਇਹਨਾਂ ਨੂੰ ਤਲਵੰਡੀ ਕਲਾਂ ਤੋਂ ਕਾਬੂ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਲੁਧਿਆਣਾ SDF ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਹਮੇਸ਼ਾ ਨਸ਼ਾ ਤਸਕਰਾਂ ਉੱਤੇ ਠੱਲ ਪਾਉਣ 'ਚ ਕਾਮਯਾਬ ਹੁੰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਮੁੜ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਨੌਜਵਾਨ ਮੁੰਡੇ ਅਤੇ ਕੁੜੀ ਨੂੰ 1/2 ਕਿਲੋ ਹੈਰੋਇਨ ਅਤੇ 42,000 ਰੁਪਏ ਦੀ ਡਰੱਗ ਮਨੀ ਦੇ ਨਾਲ ਕਾਬੂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੇ ਖਿਲਾਫ਼ ਖਾਸ ਸੂਚਨਾ ਮਿਲੀ ਸੀ। ਪੱਕੀ ਮੁਖਬਰੀ ਸੀ ਕਿ ਇਹ ਲੋਕ ਆਪਣੇ ਘਰ ਦੇ ਬਾਹਰ ਹੀ ਨਾਜਾਇਜ਼ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਨੇ। ਸੂਚਨਾ ਪੁਖਤਾ ਹੋਣ ਦੇ ਚੱਲਦਿਆਂ ਫੌਰਨ ਕਾਰਵਾਈ ਕਰਦਿਆਂ ਹੋਇਆਂ ਪਿੰਡ ਤਲਵੰਡੀ ਵਿਖੇ ਰੇਡ ਕਰਕੇ ਦੋ ਆਰੋਪੀਆਂ ਨੂੰ 500 ਗ੍ਰਾਮ ਹੈਰੋਇਨ ਅਤੇ 42,000 ਰੁਪਏ ਦੀ ਡਰੱਗ ਮਨੀ ਦੇ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਅਤੇ 75 ਪਲਾਸਟਿਕ ਦੇ ਛੋਟੇ ਲਿਫਾਫਿਆਂ ਸਣੇ ਧਰ ਦਬੋਚਿਆ ਗਿਆ। ਗੁਰਚਰਨ ਸਿੰਘ ਨੇ ਦੱਸਿਆ ਕਿ ਨੌਜਵਾਨ ਕੁੜੀ ਅਤੇ ਮੁੰਡਾ ਬੀਤੇ ਲੰਬੇ ਸਮੇਂ ਤੋਂ ਮਿਲ ਕੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰ ਰਹੇ ਸਨ। ਉਹਨੇ ਦੱਸਿਆ ਕਿ ਦੋਨਾਂ ਹੀ ਆਰੋਪੀਆਂ ਦੇ ਖਿਲਾਫ਼ SDF ਥਾਣਾ ਮੋਹਾਲੀ ਵਿਖੇ NDPS ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਆਰੋਪੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿੱਤਾ ਗਿਆ ਹੈ। ਹੁਣ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕੜੀ ਦਰ ਕੜੀ ਜੋੜਦੇ ਹੋਏ ਇਸ ਪੂਰੀ ਚੇਨ ਨੂੰ ਤੋੜਿਆ ਜਾਵੇ ਅਤੇ ਹੋਰ ਨਸ਼ਾ ਤਸਕਰਾਂ ਤੱਕ ਵੀ ਪੁਲਿਸ ਦੇ ਹੱਥ ਪਹੁੰਚ ਸਕਣ। ਮਾਮਲਾ ਕੱਲ੍ਹ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਫਤਿਹਪੁਰ ਮੋੜ ਨੇੜੇ ਤਲਵੰਡੀ ਕਲਾਂ ਉੱਥੇ ਮੌਜੂਦ ਸੀ ਅਤੇ ਸਾਨੂੰ ਮੁਖਬਰੀ ਮਿਲੀ ਕਿ ਜਿਹੜਾ ਰਵੀ ਕੁਮਾਰ ਅਤੇ ਜੋਤੀ ਵਾਲਾ ਇਹ ਤਲਵੰਡੀ ਦੇ ਰਹਿਣ ਵਾਲੇ ਨੇ, ਵੀ ਇਹ ਰਲ ਕੇ ਕਾਫੀ ਸਮੇਂ ਤੋਂ ਜਿਹੜੀ ਹੈਰੋਇਨ ਦੀ ਨਸ਼ੀ ਦਾ ਧੰਦਾ ਕਰਦੇ ਨੇ, ਜੋ ਅਸੀਂ ਮੁਖਬਰੀ ਦੇ ਆਧਾਰ 'ਤੇ ਇਹਨਾਂ ਦੇ ਖਿਲਾਫ਼ ਥਾਣਾ SDF ਮੋਹਾਲੀ ਜਿਹੜਾ ਇਹ ਮੁਕੱਦਮਾ ਦਰਜ ਕਰਾਇਆ ਸੀ ਅਤੇ ਰੇਡ ਕਰਕੇ ਇਹਨਾਂ ਨੂੰ ਤਲਵੰਡੀ ਕਲਾਂ ਤੋਂ ਕਾਬੂ ਕੀਤਾ। ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ, ਕਿੰਨੇ ਚਿਰ ਤੋਂ ਕੰਮ ਕਰਦੇ ਨੇ? ਇਹ ਕਰੀਬ ਪਿਛਲੇ 1.5 ਸਾਲ ਤੋਂ ਇਹ ਜਿਹੜੇ ਇਹ ਕੰਮ ਕਰਦੇ ਨੇ, ਬਾਕੀ ਜਿਹੜਾ ਮੁਕੱਦਮਾ ਉਹ ਥਾਣਾ ਸਰੇਬਦਾਰੀ ਤੋਂ ਇਹਨਾਂ ਦੇ ਰਿਕਾਰਡ ਦੀ ਪੜਤਾਲ ਕਰਕੇ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ। ਇਹਨਾਂ ਦੀ ਲਿੰਕਾਂ ਬਾਰੇ ਪਤਾ ਲੱਗਿਆ ਕਿੱਥੋਂ ਲਿਆਉਂਦੇ ਸੀ? ਇਹ ਕੁਛ ਇਹ ਤਲਵੰਡੀ ਕਲਾਂ ਅਤੇ ਬਾਕੀ ਕੁਛ ਦਿੱਲੀ ਤੋਂ ਲੈ ਕੇ ਆਉਂਦੇ ਨੇ। ਅਤੇ ਹੁਣ ਕੀ ਕਾਰਵਾਈ ਕਰਦੇ? ਇਹਨਾਂ ਨੂੰ ਅੱਜ ਪੇਸ਼ ਕਰਕੇ ਜਿਹੜਾ ਇਹ 1 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ, ਬਾਕੀ ਕੁਛ ਕਿਸੇ ਦੌਰਾਨ ਜਿਹੜੀ ਫਰਦਰ ਕੋਈ ਨਾਮ ਸਾਹਮਣੇ ਆਊਗਾ ਉਹ ਕਾਰਵਾਈ ਕੀਤੀ ਜਾਵੇਗੀ। ਗੁਰਪਿਆਰੇ, ਪੁਲਿਸ ਅਤੇ ਪ੍ਰਸ਼ਾਸਨ ਤਾਂ ਨਸ਼ਾ ਤਸਕਰਾਂ ਦੇ ਉੱਤੇ ਨੱਥ ਪਾਉਣ ਨੂੰ ਜੁਟਿਆ ਹੀ ਹੋਇਆ ਹੈ, ਪਰ ਆਮ ਲੋਕਾਂ ਦਾ ਵੀ ਨਾਗਰਿਕ ਹੋਣ ਦੇ ਨਾਤੇ ਫਰਜ਼ ਬਣਦਾ ਹੈ ਜੇਕਰ ਅਸੀਂ ਅਜਿਹੇ ਕਿਸੇ ਵੀ ਨਸ਼ਾ ਤਸਕਰ ਬਾਰੇ ਕੋਈ ਵੀ ਸੂਹ ਰੱਖਦੇ ਹਾਂ, ਕੋਈ ਵੀ ਜਾਣਕਾਰੀ ਰੱਖਦੇ ਤਾਂ ਉਹ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਜ਼ਰੂਰ ਸਾਂਝੀ ਕਰੀਏ, ਕਿਉਂਕਿ ਅਗਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਆਪਣਾ ਆਲਾ ਦੁਆਲਾ ਤਾਂ ਸਾਫ਼ ਸੁਥਰਾ ਰੱਖਦੇ ਹੀ ਹਾਂ, ਨਾਲ ਆਪਣੀ ਨੌਜਵਾਨੀ ਨੂੰ, ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਵੀ ਨਸ਼ੇ ਦੇ ਇਸ ਜ਼ਹਿਰ ਤੋਂ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਨੂੰ ਇਤਲਾਹ ਦੇਣ ਤੋਂ ਬਾਅਦ ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇ ਤਾਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ
ਨਾਲੋਂ ਉਹ ਵੀ ਜ਼ਰੂਰ ਗੁਪਤ ਰੱਖੀ ਜਾਂਦੀ ਹੈ। ਉਮੀਦ ਕਰਦੇ ਹਾਂ ਤੁਸੀਂ ਵੀ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਓਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।